ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਜਿੰਦਰ ਕੌਰ, ਜੰਗੀ ਕੈਦੀ ਬਲਵਿੰਦਰ ਸਿੰਘ ਦੀ ਧੀ, ਪਿੰਡ ਚੰਬਾ ਕਲਾਂ ਹਵੇਲੀਆਂ ਤੋਂ। ਅੱਜ ਅਸੀਂ ਸਾਰੇ ਨਗਰ ਦੀ ਪੰਚਾਇਤ ਇਕੱਠੀ ਹੋਈ ਹਾਂ। ਸਾਡੇ ਪਿੰਡ ਦੀ ਰਣਜੀਤ ਕੌਰ ਪਤਨੀ ਸਰਦਾਰ ਧਰਮ ਸਿੰਘ, ਜਿਨ੍ਹਾਂ ਨੇ ਸਰਪੰਚੀ ਦੀ ਚੋਣ ਲੜ ਕੇ 40 ਵੋਟਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ, ਬਹੁਤ ਮਾਣ ਵਾਲੀ ਗੱਲ ਆ। ਉਹਨਾਂ ਦੇ ਨਾਲ ਸਾਡਾ ਮੇਰਾ ਵੀਰ ਦਲਬਾਗ ਸਿੰਘ ਜੀ ਤੱਪਾ, ਜਿਨ੍ਹਾਂ ਨੇ ਮੈਂਬਰੀ ਦੀ ਚੋਣ ਜਿੱਤ ਪ੍ਰਾਪਤ ਕੀਤੀ ਹੈ। ਮੇਰੇ ਤਾਇਆ ਜੀ ਗੁਰਦਾਸ ਸਿੰਘ ਜੀ, ਜਿਨ੍ਹਾਂ ਨੇ ਮੈਂਬਰੀ ਦੀ ਚੋਣ ਦੀ ਜਿੱਤ ਪ੍ਰਾਪਤ ਕੀਤੀ ਹੈ। ਮੇਰਾ ਵੀਰ ਗੁਰਤੇਜ ਸਿੰਘ ਜੀ, ਜਿਨ੍ਹਾਂ ਨੇ ਮੈਂਬਰੀ ਦੀ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ। ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਲਈ। ਪਰ ਮੈਂ ਹੁਣ ਬਹੁਤ ਜ਼ਿਆਦਾ ਇਹਨਾਂ ਤੋਂ ਉਮੀਦ ਕਰਦੀ ਹਾਂ ਕਿ ਸਾਡੇ ਪਿੰਡ ਦਾ ਜੋ ਵਿਕਾਸ ਨਹੀਂ ਹੋਇਆ ਉਹ ਹੁਣ ਕੀਤਾ ਜਾਊਗਾ। ਇਹਦੇ ਨਾਲ ਹੀ ਸਾਡੇ ਹਲਕੇ ਦੇ ਮੌਜੂਦਾ MLA ਰਮਨਜੀਤ ਸਿੱਕੀ ਜੀ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਹੈ ਕਿ ਹੁਣ ਸਰਪੰਚੀ ਦੀ ਚੋਣ ਅਸੀਂ ਲੜ ਚੁੱਕੇ ਹਾਂ, ਉਹ ਜਿੱਤ ਪ੍ਰਾਪਤ ਕਰ ਲਈ ਹੈ, ਤਾਂ ਹੁਣ ਉਹ ਸਾਡਾ ਪੂਰਾ ਸਹਿਯੋਗ ਦੇਣਗੇ, ਕਿਉਂਕਿ ਸਰਕਾਰ ਦੇ ਸਹਿਯੋਗ ਦੇ ਨਾਲ ਹੀ ਅਸੀਂ ਆਪਣੇ ਪਿੰਡ ਦਾ ਵਿਕਾਸ ਜੋ ਕਰ ਸਕਦੇ ਹਾਂ। ਸਾਡੇ ਪਿੰਡ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਬਹੁਤ ਵੱਡੀ ਹੈ, ਕਿਉਂਕਿ ਸਾਡੇ ਪਿੰਡ ਦੇ ਪਾਣੀ ਦਾ ਕੋਈ ਵਿਕਾਸ ਨਹੀਂ ਹੈਗਾ। ਅਤੇ ਹੁਣ ਮੈਂ ਸਰਕਾਰ ਦੇ ਅੱਗੇ ਵੀ ਇਹੀ ਅਪੀਲ ਕਰੂੰਗੀ ਕਿ ਅਸੀਂ ਜਿਹੜੀ ਇਲੈਕਸ਼ਨ ਕਰਵਾ ਕੇ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ, ਕੋਈ ਧੱਕੇਸ਼ਾਹੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਪਿਛਲੀਆਂ ਸਰਕਾਰਾਂ ਨੇ ਵੀ ਸਾਡੇ ਪਿੰਡ ਨੂੰ ਗ੍ਰਾਂਟਾਂ ਬਹੁਤ ਦਿੱਤੀਆਂ ਸੀਗੀਆਂ, ਪਰ ਅੱਜ ਤੱਕ ਉਹ ਗ੍ਰਾਂਟ ਕਿਤੇ ਵੀ ਲੱਗੀ ਸਾਨੂੰ ਦਿਖਾਈ ਨਹੀਂ ਦਿੰਦੀ। ਸਾਡਾ ਪਿੰਡ ਜਿਹੜਾ ਬਿਲਕੁਲ ਛੋਟਾ ਜਿਹਾ, ਤਕਰੀਬਨ 40-50 ਘਰ ਵਾ, ਉਹਨਾਂ ਦੇ ਚਾਰ ਚੁਫੇਰੇ ਵੀ ਕੋਈ ਵਿਕਾਸ ਨਹੀਂ ਹੈਗਾ। ਇੱਥੇ ਮੈਂ ਸਰਕਾਰ ਤੋਂ ਮੰਗ ਕਰੂੰਗੀ ਕਿ ਸਾਡੇ ਪਿੰਡ ਨੂੰ ਵਿਕਾਸ ਦੇ ਲਈ ਉੱਚੇ ਪੱਧਰ ਦੇ ਉੱਤੇ ਗ੍ਰਾਂਟਾਂ ਦਿੱਤੀਆਂ ਜਾਣ। ਜੋ ਵੀ ਸਾਡੇ ਪਿੰਡ ਦਾ ਯੋਗਦਾਨ ਬਣਦਾ ਵਾ, ਜੋ ਵੀ ਸਾਡੇ ਪਿੰਡ ਦਾ ਕੰਮ ਹੋਣ ਵਾਲੇ ਉਹ ਮੁਕੰਮਲ ਹੋ ਸਕਣ, ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਪਤਾ ਲੱਗ ਸਕੇ ਕਿ ਇਸ ਪਿੰਡ ਦੇ ਵਿੱਚ ਜਿਹੜੀ ਨਵੇਂ ਯੂਥ ਨੇ, ਜਿਹੜਾ ਸਾਡੇ ਜਿਹੜੇ ਬੱਚੇ ਅੱਗੇ ਆਣ ਕੇ ਉਹਨਾਂ ਨੇ ਜਿਹੜਾ ਪਿੰਡ ਨੂੰ ਸਰਪੰਚੀ ਦੀ ਚੋਣ ਜਿੱਤ ਪ੍ਰਾਪਤ ਕਰਵਾਈ ਆ, ਤਾਂ ਕਿ ਸਾਡੇ ਨੌਜਵਾਨਾਂ ਦਾ ਹੌਸਲਾ ਬੁਲੰਦ ਹੋਵੇ ਕਿ ਅਸੀਂ ਅੱਗੇ ਲੱਗੇ ਸੀਗੇ ਅਤੇ ਅਸੀਂ ਆਪਣੇ ਪਿੰਡ ਦਾ ਵਿਕਾਸ ਕੀਤਾ, ਇਸ ਵਾਰੀ ਅਸੀਂ ਵੋਟਾਂ ਲੈ ਕੇ ਜਿੱਤੇ ਹਾਂ, ਅਗਲੀ ਵਾਰੀ ਜਿਹੜਾ ਸਰਬਸੰਮਤੀ ਹੋਣੀ ਚਾਹੀਦੀ, ਸਾਡੇ ਪਿੰਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਧੜੇਬਾਜ਼ੀ ਨਹੀਂ ਹੋਣੀ ਚਾਹੀਦੀ। ਉੱਥੇ ਨਾਲ ਹੀ ਮੈਂ ਜਿਹੜੇ ਸਾਡੇ ਦੂਸਰੇ ਧੜੇ ਦੇ ਸ਼ਬੇਕ ਸਿੰਘ ਹੋਣੀ ਸੀਗੇ, ਉਹਨਾਂ ਨੂੰ ਵੀ ਇਹ ਕਹੂੰਗੀ ਕਿ ਰਲ ਮਿਲ ਕੇ ਰਹੋ ਪਿੰਡ ਦੇ ਵਿੱਚ ਅਤੇ ਆਪਾਂ ਪਿੰਡ ਦਾ ਵਿਕਾਸ ਕਰਾਈਏ। ਇਹ ਛੋਟਾ ਜਿਹਾ ਪਿੰਡ ਆ, ਇੱਥੇ ਧੜੇਬਾਜ਼ੀਆਂ ਨਹੀਂ ਹੋਣੀਆਂ ਚਾਹੀਦੀਆਂ। ਉੱਥੇ ਹੀ ਮੈਂ ਨਾਲ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਬਖਸ਼ੇ, ਸੱਚੇ ਪਾਤਸ਼ਾਹ ਹਮੇਸ਼ਾ ਹੀ ਮਿਹਰ ਬਣਾਈ ਰੱਖੇ ਅਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਇਹ ਰੇਸ਼ਮ ਸਿੰਘ ਅੰਤਰਰਾਸ਼ਟਰੀ ਕਬੱਡੀ ਦੇ ਪਲੇਅਰ ਆ, ਉਹਨਾਂ ਦੇ ਪਿਤਾ ਜੀ ਆ, ਠੀਕ ਆ। ਇਹਨਾਂ ਨੂੰ ਅਸੀਂ ਇੱਕ ਸਰਪੰਚੀ ਦੇ ਉਮੀਦਵਾਰ ਦੇ ਤੌਰ 'ਤੇ ਅਸੀਂ ਕਾਮਯਾਬ ਕੀਤਾ ਵੋਟਾਂ ਪਾ ਕੇ, ਅਤੇ ਅਸੀਂ ਇਹਨਾਂ ਤੋਂ ਇਹੀ ਮੰਗ ਕਰਦੇ ਹਾਂ ਕਿ ਇਹ ਅੱਗੇ ਪਿੰਡ ਦਾ ਵਿਕਾਸ ਕਰਨ ਜੋ ਪਹਿਲਾਂ ਨਹੀਂ ਹੋ ਸਕਿਆ, ਕਿਉਂਕਿ ਇਹਨਾਂ 'ਤੇ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਵਾ। ਇਸ ਕਰਕੇ ਧੰਨਵਾਦ ਸਾਰੇ ਮੇਰੇ ਵੀਰਾਂ ਦਾ, ਚੈਨਲ ਵਾਲਿਆਂ ਦਾ, ਜਿਨ੍ਹਾਂ ਵੋਟਾਂ ਪਾਈਆਂ ਉਹਨਾਂ ਦਾ ਵੀ, ਜਿਨ੍ਹਾਂ ਨਹੀਂ ਪਾਈਆਂ ਉਹਨਾਂ ਦਾ ਵੀ, ਉਹ ਵੀ ਸਾਡਾ ਸਹਿਯੋਗ ਦੇਣ ਅੱਗੇ ਗਾਂਧ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ, ਮੈਂ ਨਾਮ ਜਗਸ਼ਰਨ ਸਿੰਘ, ਪਿੰਡ ਚੰਬਾ ਕਲਾਂ ਹਵੇਲੀਆਂ ਤੋਂ, ਜੋ ਕਿ ਇੱਕ ਲੈਕਚਰਰ ਹਾਂ। ਅਸੀਂ ਇਸ ਪਿੰਡ ਨੂੰ ਵੇਖਦੇ ਹੋਏ, ਇਸ ਵਾਰ ਮੈਂ ਅਤੇ ਮੇਰੇ ਵੀਰਾਂ ਨੇ, ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਆ ਮੇਰੇ ਪਿੱਛੇ ਖੜ੍ਹੇ ਹੋਏ ਆ, ਅਸੀਂ ਵੇਖਿਆ ਪਿੰਡ ਵਿੱਚ ਕੋਈ ਵੀ ਤਰੱਕੀ ਨਹੀਂ ਹੋਈ, ਕੁਛ ਨਹੀਂ ਕੀਤਾ ਗਿਆ, ਕੋਈ ਪਿੰਡ ਦਾ ਵਿਕਾਸ ਨਹੀਂ। ਇੱਕ ਛੋਟਾ ਜਿਹਾ ਪਿੰਡ ਹੋਣ ਦੇ ਬਾਵਜੂਦ ਵੀ ਗੰਦਗੀ ਪਈ ਹੋਈ ਆ ਸਾਰੇ ਪਿੰਡ ਦੇ ਵਿੱਚ। ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਕੋਈ ਚੰਗਾ ਬੰਦਾ ਅੱਗੇ ਇਲੈਕਸ਼ਨ ਦੇ ਵਿੱਚ ਲਿਆਂਦਾ ਜਾਵੇ, ਇਸ ਲਈ ਅਸੀਂ ਕਿ ਆਪਣੇ ਇਹ ਧਰਮ ਸਿੰਘ ਹੋਣਾਂ ਵਾਲੇ ਵੇਖਿਆ, ਇਹ ਇੱਕ ਵਧੀਆ ਹੀ ਉਮੀਦਵਾਰ ਲੱਗੇ ਸਾਨੂੰ ਪਿੰਡ ਦੇ ਵਿੱਚ, ਜਿਸ ਕਰਕੇ ਇਹਨਾਂ ਨੂੰ ਸਰਪੰਚੀ ਦੀ ਚੋਣ ਲੜ ਲਈ ਅਸੀਂ ਪ੍ਰੇਰਿਤ ਕੀਤਾ।